ਸਤਿ ਸ਼੍ਰੀ ਅਕਾਲ ਡਾਕਟਰ ਸੰਤੋਖ ਸਿੰਘ ਚੰਡੀਗੜ੍ਹ ਤੋਂ ਅੱਜ ਦਾ ਟੌਪਿਕ ਜੋੜਾਂ ਦਾ ਦਰਦ ਘੁੱਟਣੇ ਦਾ ਦਰਦ ਪਿੱਠ ਦਾ ਦਰਦ ਮਣਕਿਆਂ ਦਾ ਦਰਦ ਗਿੱਟੇ ਦਾ ਦਰਦ ਅਤੇ ਇਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਨਿਊਟ੍ਰੀਸ਼ਨ ਪੁਆਇੰਟ ਆਫ ਵਿਊ ਦੇ ਨਾਲ ਪੇਨ ਕਿਲਰ ਪਾਸੇ ਰੱਖ ਦਿਓ ਅਤੇ ਬਾਕੀ ਜੋ ਮੇਜਰ ਪ੍ਰੋਬਲਮਸ ਹੁੰਦੀਆਂ ਹੈ ਕਿਸੇ ਦੀ ਹੱਡੀ ਟੁੱਟੀ ਹੋਈ ਹੈ ਜਾਂ ਕੁਛ ਹੋਰ ਲਿਗਾਮੈਂਟ ਬ੍ਰੇਕ ਹੋਇਆ ਹੋਇਆ ਹੈ ਬਿਲਕੁਲ ਹੀ ਉਹ ਚੀਜ਼ਾਂ ਪਾਸੇ ਕਰ ਦਿਓ ਨੋਰਮਲ ਕੇਅਰ ਆਪਾਂ ਕਿਸ ਤਰ੍ਹਾਂ ਕਰਨੀ ਹੈ ਮੈਂ ਅੱਜ ਤੁਹਾਨੂੰ ਦੱਸੂੰਗਾ ਕਿ ਇਸ ਜਿਹੜਾ ਇਹ ਦਰਦਾਂ ਦਾ ਜਿਹੜਾ ਹੱਲ ਕੀ ਹੈ ਅਤੇ ਇਹਦਾ ਜਿਹੜਾ ਮੁੱਖ ਜਿਹੜਾ ਇਹਦਾ ਬੰਦਾ ਹੈਗਾ ਜੋ ਇਹਨੂੰ ਠੀਕ ਕਰਦਾ ਉਹ ਹੈਗਾ ਕੋਲਾਜਨ ਕੋਲਾਜਨ ਹੋਟ ਟੌਪਿਕ ਹੈ ਪੂਰੇ ਵਰਲਡ ਦੇ ਵਿੱਚ ਇਹ ਸਟਰੋਂਗ ਵਾਂਗੂ ਆਇਆ ਅਤੇ ਸਾਰੇ ਸਪਲੀਮੈਂਟ ਸ਼ੋਪਸ ਤੋਂ ਇਹ ਮਿਲਣ ਲੱਗ ਗਿਆ ਅਤੇ ਇਹ ਕਾਫੀ ਪਾਪੂਲਰ ਹੋ ਗਿਆ ਸਭ ਜਾਣੇ ਬਾਹਰਲੇ ਅਤੇ ਇੰਡੀਆ ਦੇ ਵਿੱਚ ਵੀ ਕੈਲੋਜਨ ਕਾਫੀ ਪਾਪੂਲਰ ਹੋ ਗਿਆ ਅਤੇ ਕੈਲੋਜਨ ਤੁਹਾਨੂੰ ਦੱਸ ਦਿੰਦਾ ਹੁੰਦਾ ਕੀ ਹੈ ਪਹਿਲੇ ਮੈਂ ਦੱਸੂੰਗਾ ਕੈਲੋਜਨ ਹੁੰਦਾ ਕੀ ਹੈ ਇਹਦੀ ਡੋਜ਼ ਕੀ ਹੈ ਇਹਦੀ ਸ਼ਕਲ ਕਿਹੋ ਜਿਹੀ ਹੈ ਕਿੱਥੇ ਕਿੱਥੇ ਕੰਮ ਆਉਂਦਾ ਹੈ ਇਹ ਕਿੱਥੇ ਕਿੱਥੇ ਹੁੰਦਾ ਹੈ ਅਤੇ ਇਹ ਕਿੱਥੋਂ ਕਿੱਥੋਂ ਮਿਲਦਾ ਹੈ ਵੈਜ ਅਤੇ ਨੋਨ ਵੈਜ ਸੋਰਸ ਤੋਂ ਇਹ ਸੁਣਨ ਲਈ ਮੇਰੀ ਇਹ ਵੀਡੀਓ ਨੂੰ ਦੇਖੋ ਪੂਰਾ ਤੁਸੀਂ ਠੀਕ ਹੈ ਜੀ ਕੋਲਾਜਨ ਨੂੰ ਆਪਾਂ ਸ਼ੁਰੂ ਕਰੀਏ ਕੋਲਾਜਨ 28 ਤਰੀਕਿਆਂ ਦਾ ਮਿਲਦਾ ਮੇਨ ਇਹਦੇ ਟਾਈਪ 1 ਅਤੇ ਟਾਈਪ 2 ਹੁੰਦੇ ਹੈ ਠੀਕ ਹੈ ਇਹ ਗ੍ਰੀਕ ਵਰਡ ਤੋਂ ਬਣਿਆ ਜਿਹਦਾ ਨਾਮ ਹੈਗਾ ਗਲੂ ਗੂੰਦ ਜੋ ਚਿਪਕਾਏ ਜੋ ਚਿਪਕਾਏ ਠੀਕ ਹੈ ਜੀ ਇਹਦਾ ਮਤਲਬ ਹੀ ਇਹ ਹੈਗਾ ਕੈਲੋਜਨ ਦਾ ਕਿ ਗਲੂ ਇਹ ਗ੍ਰੀਕ ਵਰਡ ਹੈ ਅਤੇ ਇਹ ਇਹਦੀ ਸ਼ਕਲ ਇਹੋ ਜਿਹੀ ਹੁੰਦੀ ਹੈ ਇਹ ਤਿੰਨ ਤਰੀਕੇ ਦੀ ਚੇਨਸ ਹੁੰਦੀਆਂ ਜੋ ਗੋਲ ਗੋਲ ਹੁੰਦੀਆਂ ਉਹ ਇੱਕ ਟ੍ਰਿਪਲ ਹੈਲੈਕਸ ਬਣਾਉਂਦੀਆਂ ਪੌੜੀਆਂ ਵਾ ਤਿੰਨ ਤਰੀਕੇ ਦੀਆਂ ਐਂ ਘੁਮਾਓ ਗੋਲ ਗੋਲ ਅਤੇ ਉਹ ਟ੍ਰਿਪਲ ਹੈਲੈਕਸ ਬਣਾਉਂਦੀਆਂ ਅਤੇ ਉਹਦੇ ਵਿੱਚ ਅਮਾਈਨੋ ਐਸਿਡ ਦੀ ਲੋੜ ਹੁੰਦੀ ਹੈ ਅਤੇ ਇਹ ਜਿਹੜਾ ਕੋਲਾਜਨ ਹੈਗਾ ਹੈ ਇਹ ਕਰਦਾ ਕੀ ਹੈ ਇਹ ਸਟ੍ਰੈਸ ਨੂੰ ਰਿਡਿਊਸ ਕਰਦਾ ਹੈ ਇਨ ਬਿਟਵੀਨ ਜੁਆਇੰਟ ਜਾਂ ਕਿਸੇ ਸਟ੍ਰੈਸ ਦੇ ਵਿੱਚ ਅਤੇ ਇਹ ਜਿਹੜਾ ਸਟ੍ਰੈਸ ਰਿਡਿਊਸ ਕਰਦਾ ਹੈ ਜਿਹੜਾ ਇਹਦਾ ਮਟੀਰੀਅਲ ਜਿਹੜਾ ਬਣਦਾ ਹੈ ਖਿੱਚ ਕੋਲਾਜਨ ਉਹ ਗਲੂ ਵਾਂਗੂ ਹੁੰਦਾ ਹੈ ਠੀਕ ਹੈ ਜੀ ਉਹ ਚਿਪਕ ਕੇ ਅਤੇ ਉਹ ਕੰਮ ਕਰਦਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਹ ਜਿਹੜੀ ਬੇਨ ਤਕਲੀਫ ਹੈਗੀ ਹੈ ਘੁੱਟਣਿਆਂ ਦੀ ਆਹ ਦੇਖੋ ਇੱਕ ਫਿਗਰ ਹੈਗੀ ਹੈ ਬਿਲਕੁਲ ਇਨਸਾਨੀ ਮਾਡਲ ਹੈਗਾ ਅਤੇ ਇਹਦੇ ਵਿੱਚ ਤੁਸੀਂ ਪਿੱਛੇ ਧਿਆਨ ਨਾਲ ਦੇਖੋ ਕਿ ਇਹ ਦੋ ਕੁੰਡਾਈਲਸ ਹੈਗੇ ਹੈ ਇਹ ਬਿਲਕੁਲ ਸਮੂਥ ਹੈ ਬਿਲਕੁਲ ਸਾਫ਼ ਹੈ ਪੱਧਰੇ ਹੈਗੇ ਅਤੇ ਥੱਲੇ ਜਿਹੜਾ ਹੈਗਾ ਇਹਦਾ ਹਿੱਸਾ ਇਹ ਇਸ ਤਰ੍ਹਾਂ ਕੱਪ ਸ਼ੇਪ 'ਚ ਹੈਗਾ ਅਤੇ ਜਦ ਇਹ ਚੱਲਦਾ ਅਤੇ ਇਹਦੇ ਇਹਦੇ ਵਿੱਚ ਚੱਲਦਾ ਇਹ ਦੋਨਾਂ ਦੇ ਵਿੱਚ ਆਹ ਨੀਲਾ ਨੀਲਾ ਜਿਹੜਾ ਹੈਗਾ ਹੈ ਮਨਿਸਕਸ ਹੈ ਮਨਿਸਕਸ ਇਹ ਦੋਨਾਂ ਦੇ ਵਿੱਚ ਇਹ ਰਬੜ ਹੁੰਦੀ ਹੈ ਮਨਿਸਕਸ ਇਹ ਮਨਿਸਕਸ ਟੀਅਰ ਪਾਇਆ ਜਾਂਦਾ ਹੈ ਜਿਨ੍ਹਾਂ ਨੂੰ ਆਸਟੀਓਥੈਰੇਟਿਸ ਹੁੰਦੀ ਹੈ ਜਾਂ ਜੋੜਾਂ ਵਿੱਚ ਗੈਪ ਕਰ ਜਾਂਦਾ ਨਾ ਇਹ ਮਨਿਸਕਸ ਟੀਅਰ ਪਾਇਆ ਜਾਂਦਾ ਹੈ ਅਤੇ ਹੁੰਦਾ ਕੀ ਹੈ ਟੀਅਰ ਦਾ ਮਤਲਬ ਕੀ ਹੁੰਦਾ ਆਹ ਜਿਹੜੀ ਹੱਡੀ ਹੈ ਇਹ ਹੱਡੀ ਨਾਲ ਜੁੜ ਗਈ ਹੈ ਅਤੇ ਇਹਦੇ ਵਿੱਚ ਦੇਖੋ ਆਹ ਫਟਿਆ ਨਾ ਵਿੱਚ ਮਨਿਸਕਸ ਅਤੇ ਫਟ ਜਾਂਦਾ ਹੈ ਅਤੇ ਇਹ ਹੱਡੀ ਜਿਹੜੀ ਹੈਗੀ ਹੈ ਇਸ ਹੱਡੀ ਨੂੰ ਰਗੜ ਪਾਉਂਦੀ ਹੈ ਅਤੇ ਰਗੜ ਪਾਉਣ ਦੇ ਕਰਕੇ ਇੱਥੋਂ ਦੀ ਇੱਥੇ ਲੈਣਾ ਪੈ ਜਾਂਦੀਆਂ ਜਦ ਆਪਾਂ ਹੱਡੀ ਚਲਾਉਂਦੇ ਹਾਂ ਜਦ ਆਪਾਂ ਤੁਰਦੇ ਹਾਂ ਅਤੇ ਉਹਦੇ ਵਿੱਚ ਮਤਲਬ ਕਿ ਇਸ ਤਰ੍ਹਾਂ ਆਵਾਜ਼ਾਂ ਆਉਂਦੀਆਂ ਨੇ ਦਰਦਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਹੁਣ ਇਸ ਮਨਿਸਕਸ ਨੂੰ ਬਣਾਉਣ ਵਾਸਤੇ ਸਾਨੂੰ ਕੀ ਚਾਹੀਦਾ ਹੈ ਗੋਡੇ ਬਦਲਾਉਣਾ ਤਾਂ ਹੱਲ ਹੋ ਹੀ ਗਿਆ ਉਹ ਤਾਂ 2 ਲੱਖ ਦੇ 3 ਲੱਖ ਦੇ ਬਦਲ ਜਾਂਦੇ ਨੇ ਉਹ ਛੱਡ ਦਿਓ ਹੈ ਨਾ ਅਸਲੀ ਕੰਮ ਮੇਰਾ ਇਹ ਹੈਗਾ ਕਿ ਇਹਨੂੰ ਆਪਾਂ ਬਚਾਈਏ ਕਿਸ ਤਰ੍ਹਾਂ ਇਹਦੀ ਖੁਰਾਕ ਕੀ ਹੈ ਹੈ ਨਾ ਅਤੇ ਇਹਦੀ ਸਪਲੀਮੈਂਟ ਮਿਲਦੇ ਆ ਆਪਾਂ ਮਾਰਕੀਟ 'ਚ ਆਪਾਂ ਕਿੰਨੇ ਖਾਣੇ ਆ ਜ਼ਿਆਦਾ ਵੀ ਨਹੀਂ ਖਾਣੇ ਇਹਦੇ ਅਤੇ ਇਹ ਜਿਹੜਾ ਕੋਲਾਜਨ ਹੈਗਾ ਇਹ ਬੇਸਿਕਲੀ ਪ੍ਰੋਟੀਨ ਹੈਗਾ ਇਹ ਨੋਰਮਲੀ ਨੋਨ ਵੈਜ ਵਿੱਚ ਪਾਇਆ ਜਾਂਦਾ ਨੋਨ ਵੈਜ ਦੇ ਵਿੱਚ ਪਾਇਆ ਜਾਂਦਾ ਇਹਦੇ ਕੰਮ ਕੀ ਹੈਗੇ ਜਿਹੜਾ ਕੈਲੋਜਨ 1 ਮੈਂ ਤੁਹਾਨੂੰ ਸਾਰੇ ਕੈਲੋਜਨ ਦਾ ਇਕੱਠਾ ਕੰਮ ਦੱਸਦਾ ਅਤੇ ਜਿਹੜਾ ਇੱਥੇ ਕੰਮ ਕਰਦਾ ਉਹ ਹੈ ਕੋਲਾਜਨ 2 1 ਨਹੀਂ 2 ਠੀਕ ਹੈ ਜੀ ਜਿਹੜਾ 1 ਕੰਮ ਕਰਦਾ ਉਹ ਸਕਿਨ ਹੇਅਰ ਅਤੇ ਨੇਲਸ ਦੇ ਵਿੱਚ ਕੰਮ ਕਰਦਾ ਅਤੇ ਬਾਕੀ ਜਿਹੜੇ 28 ਤਰੀਕੇ ਦੇ ਕੋਲਾਜਨ ਹੈਗੇ ਉਹਨਾਂ ਦਾ ਵੀ ਡਿਫਰੈਂਟ ਡਿਫਰੈਂਟ ਰੋਲ ਹੈਗੇ ਆ ਬੋਡੀ ਦੇ ਵਿੱਚ ਉਹ ਕਿੱਥੇ ਕਿੱਥੇ ਰੋਲ ਹੈਗੇ ਨੇ ਉਹ ਤੁਹਾਨੂੰ ਮੈਂ ਦੱਸਦਾ ਮੇਨ ਜਿਹੜਾ ਇਹਦਾ ਕੰਮ ਹੈਗਾ ਸਕਿਨ ਦੀ ਇਲਾਸਟੀਸਿਟੀ ਨੂੰ ਮੇਨਟੇਨ ਕਰਦਾ ਸਕਿਨ ਦੀ ਠੀਕ ਹੈ ਇਹ ਸਕਿਨ 'ਚ ਕੰਮ ਕਰਦਾ ਇਹ ਹੱਡੀਆਂ 'ਚ ਕੰਮ ਕਰਦਾ ਇਹ ਜੋੜਾਂ 'ਚ ਕੰਮ ਕਰਦਾ ਇਹ ਹਾਰਟ 'ਚ ਕੰਮ ਕਰਦਾ ਇਹ ਸਾਡੀ ਆਂਤੜਾਂ 'ਚ ਕੰਮ ਕਰਦਾ ਸਾਡੇ ਨੋਹ 'ਚ ਕੰਮ ਕਰਦਾ ਸਾਡੇ ਹੇਅਰ 'ਚ ਕੰਮ ਕਰਦਾ ਸਾਡੇ ਕਨੈਕਟਿਵ ਟਿਸ਼ੂ 'ਚ ਕੰਮ ਕਰਦਾ
ਰਹਿ ਗਿਆ ਬਹੁਤ ਜ਼ਰੂਰੀ ਚੀਜ਼ ਹੈਗੀ ਹੈ ਠੀਕ ਹੈ ਇਹਦੀ ਨੈਸੈਸਿਟੀ ਸਾਨੂੰ ਬਹੁਤ ਜ਼ਿਆਦਾ ਹੈਗੀ ਹੈ ਅਤੇ ਇਹਦੀ ਜਿਹੜੀ ਇਹਦੀ ਆਪਾਂ ਨੂੰ ਡਾਇਟ ਤੋਂ ਇਹ ਬਹੁਤ ਘੱਟ ਵੈਜ ਸੋਰਸ ਤੋਂ ਮਿਲਦਾ ਹੈ ਅੱਜ ਤੁਹਾਨੂੰ ਦੱਸੂੰਗਾ ਕਿਹੜੇ ਕਿਹੜੇ ਵੈਜ ਸੋਰਸ ਤੋਂ ਇਹ ਮਿਲਦਾ ਜਿਹੜਾ ਆਪਣੇ ਕੰਮ ਆ ਸਕਦਾ ਠੀਕ ਹੈ ਜੀ ਇਹ ਹੁੰਦਾ ਕਿੱਥੇ ਕਿੱਥੇ ਆ ਸਰੀਰ ਦੇ ਵਿੱਚ ਇਹ ਹੱਡੀਆਂ ਦੇ ਵਿੱਚ ਦੰਦ ਦੇ ਵਿੱਚ ਇਹ ਟੈਂਡਨਸ ਦੇ ਵਿੱਚ ਇਹ ਲਿਗਾਮੈਂਟ ਦੇ ਵਿੱਚ ਇਹ ਸਕਿਨ 'ਚ ਹੁੰਦਾ ਹੈ ਜੋੜਾਂ 'ਚ ਹੁੰਦਾ ਹੈ ਹੱਡੀਆਂ ਦੀ ਵਿਚਕਾਰ ਬੋਨ ਮੈਰੋ ਜਿਹੜੀਆਂ ਹੁੰਦੀਆਂ ਬੋਨ ਮੈਰੋ ਇੱਥੇ ਹੁੰਦਾ ਹੈ ਇਹ ਲੀਵਰ ਦੀ ਕਵਰਿੰਗ 'ਚ ਹੁੰਦਾ ਹੈ ਇਹ ਫੇਫੜਿਆਂ ਦੀ ਕਵਰਿੰਗ 'ਚ ਹੁੰਦਾ ਹੈ ਇਹ ਵਾਲਾਂ ਦੀ ਕਵਰਿੰਗ 'ਚ ਹੁੰਦਾ ਹੈ ਇਹ ਸੈੱਲ ਦੀ ਕਵਰਿੰਗ 'ਚ ਹੁੰਦਾ ਹੈ ਕਿੰਨਾ ਇੰਪੋਰਟੈਂਟ ਹੈ ਦੇਖੋ ਹੈ ਨਾ ਅਤੇ ਇਹ ਅੱਜ ਕੱਲ੍ਹ ਆਰਟੀਫਿਸ਼ਲੀ ਡਰਿਵਨ ਹੋ ਗਿਆ ਇਹ ਮਾਰਕੀਟ 'ਚ ਮਿਲਦਾ ਹੈ ਅਤੇ ਤੁਸੀਂ ਇਹਨੂੰ ਖਾ ਸਕਦੇ ਹੋ ਕੋਈ ਐਸੀ ਗੱਲ ਨਹੀਂ ਹੈਗੀ ਇਹ ਕੰਮ ਕਰ ਰਿਹਾ ਹੈ ਇਹ ਪ੍ਰੂਵਨ ਹੋ ਚੁੱਕਿਆ ਅਤੇ ਇਹਦੇ ਮੇਨ ਫਾਇਦੇ ਕੀ ਹੈਗੇ ਆ ਇਹਨੂੰ ਕੋਲਾਜਨ ਨੂੰ ਖਾਣ ਵਾਸਤੇ ਇਹਦੇ ਵਿੱਚ ਜਿਹੜਾ ਹੈਗਾ ਸਕਿਨ ਦੇ ਵਿੱਚ ਇਹ ਚਮੜੀ ਦੇ ਵਿੱਚ ਹਾਈਡਰੇਸ਼ਨ ਆਏਗੀ ਨਮੀ ਆਏਗੀ ਸਕਿਨ ਜਿਹੜੀ ਹੈਗੀ ਹੈ ਨਾ ਇਹ ਖੁਸ਼ਕ ਨਹੀਂ ਹੋਏਗੀ ਇਹ ਸਕਿਨ ਦੇ ਵਿੱਚ ਇਲਾਸਟਿਸਿਟੀ ਰਹੇਗੀ ਉਹ ਚੱਕੋਗੇ ਥੱਲੇ ਆ ਜਾਏਗੀ ਝੁਰੀਆਂ ਨਹੀਂ ਪੈਣਗੀਆਂ ਰਿੰਕਲਸ ਨਹੀਂ ਪੈਂਦੇ ਇਹਦੇ ਵਿੱਚ ਇਹ ਸਕਿਨ ਦੇ ਵਿੱਚ ਸਟਰੈਂਥ ਆਉਂਦੀ ਹੈ ਅਤੇ ਸਾਡੀ ਏਜਿੰਗ ਨੂੰ ਇਹ ਸਲੋ ਕਰਦਾ ਜਿਹੜੀ ਸਾਡੀ ਬੁਢਾਪਾ ਆਉਂਦਾ ਹੈ ਉਹਨੂੰ ਸਲੋ ਕਰਦਾ ਕੋਲਾਜਨ ਜਿਹੜਾ ਬੰਦਾ ਜ਼ਿਆਦਾ ਖਾਂਦਾ ਹੈ ਡਾਇਟ ਦੇ ਵਿੱਚ ਅਤੇ ਉਹਨੂੰ ਇਹ ਚੀਜ਼ਾਂ ਫਰਕ ਪੈਂਦੀਆਂ ਨੇ ਹੁਣ ਇਹ ਜ਼ਿਆਦਾਤਰ ਮਿਲਦਾ ਕਿੱਥੋਂ ਹੈ ਜਿਹੜਾ ਨੋਨ ਵੈਜ ਸੋਰਸ ਹੈਗਾ ਇਹ ਚਿਕਨ ਫਿਸ਼ ਅਤੇ ਅੱਗੇ ਮੈਂ ਨਾਮ ਨਹੀਂ ਲਊਂਗਾ ਐਟਸੈਕਟਰਾ ਐਟਸੈਕਟਰਾ ਉਹਨਾਂ ਦੀ ਸਕਿਨ ਤੋਂ ਮਿਲਦਾ ਉਹਨਾਂ ਦੀ ਸਕਿਨ 'ਚ ਪਾਇਆ ਜਾਂਦਾ ਇਹ ਅਸੀਂ ਮੱਛੀ ਖਾਂਦੇ ਹਾਂ ਨਾ ਸਕਿਨ ਛੱਡ ਦਿੰਦੇ ਹਾਂ ਬਾਹਰ ਨੂੰ ਉਹਦੇ ਵਿੱਚ ਕਹਿ ਲਓ ਕੋਲਾਜਨ ਹੁੰਦਾ ਹੈ ਅਤੇ ਕੋਲਾਜਨ ਉਹਦੇ 'ਚ ਹੁੰਦਾ ਅਤੇ ਉਹਦੇ 'ਚ ਪਾਇਆ ਜਾਂਦਾ ਹੈ ਇਹ ਈਵਨ ਜਿਹੜੇ ਸਕੇਲਸ ਨੇ ਜਿਹੜੇ ਮੱਛੀਆਂ ਦੇ ਜਿਹੜੇ ਹੁੰਦੇ ਨਾ ਉੱਥੋਂ ਦੀ ਆਪਾਂ ਜਿਹੜੇ ਉਹ ਜਿਹੜੀ ਜਿਹੜੀਆਂ ਆਪਣੀਆਂ ਨੋਰਮਲ ਮੱਛੀ ਟੋਪੇ ਦੀਆਂ ਮੱਛੀਆਂ ਹੁੰਦੀਆਂ ਆਪਾਂ ਸਾਫ਼ ਕਰਾਉਂਦੇ ਹਾਂ ਉੱਥੋਂ ਇਸ ਤਰ੍ਹਾਂ ਸਕੇਲਸ ਨਿਕਲਦੇ ਨੇ ਉਹ ਸਕੇਲ ਦੇ ਵਿੱਚ ਵੀ ਕੋਲਾਜਨ ਹੁੰਦਾ ਠੀਕ ਹੈ ਜੀ ਅਤੇ ਬਾਕੀ ਤਾਂ ਮੈਂ ਦੱਸਦਾ ਨੋਨ ਵੈਜ ਤੋਂ ਕਾਫ਼ੀ ਚੀਜ਼ ਮਿਲਦੀ ਹੈ ਚਿਕਨ ਤੋਂ ਮਿਲਦਾ ਹੈ ਚਿਕਨ ਦੇ ਵਿੱਚ ਨੋਨ ਵੈਜ ਦੇ ਵਿੱਚ ਚਿਕਨ ਦੇ ਵਿੱਚ ਇਹਦੇ ਵਿੱਚ ਨੋਰਮਲ ਸਕਿਨ ਵਾਲੀ ਚਿਕਨ ਖਾਓ ਸਕਿਨ ਲੈਸ ਚਿਕਨ ਨਹੀਂ ਜਿਹਨਾਂ ਨੂੰ ਇਹ ਚੀਜ਼ਾਂ ਪ੍ਰੋਬਲਮ ਹੈਗੀਆਂ ਨੋਨ ਵੈਜ ਵਾਲੇ ਬੰਦੇ ਜਿਹਨਾਂ ਨੂੰ ਆਰਥਰਾਇਟਿਸ ਦੀ ਆਪਣੀ ਨੀਜ਼ ਦੀ ਪ੍ਰੋਬਲਮ ਹੈਗੀ ਹੈ ਉਹ ਸਕਿਨ ਚਿਕਨ ਵਿਦ ਸਕਿਨ ਜ਼ਿਆਦਾ ਬੈਟਰ ਉਹ 'ਚ ਕੋਲਾਜਨ ਹੁੰਦਾ ਉਹਦੇ ਵਿੱਚ ਨਾਇਸੀਨ ਵਿਟਾਮਿਨ B3 ਅਤੇ B6 ਪੀਲਡੋਕਸਿਨ ਹੁੰਦੀ ਹੈ ਜੋ ਕਿ ਇਹਨੂੰ ਹੈਲਪ ਕਰਦੀ ਹੈ ਅੱਗੇ ਇਹਨੂੰ ਬਣਾਉਣ ਦੇ ਵਿੱਚ ਲੇਅਰ ਦੇ ਵਿੱਚ ਇਹ ਫਿਸ਼ ਦੀ ਸਕਿਨ 'ਚ ਹੁੰਦਾ ਇਹ ਐੱਗ ਵਾਈਟ 'ਚ ਹੁੰਦਾ ਐੱਗ ਵਾਈਟ ਹੁੰਦਾ ਅਤੇ ਜਿਹੜਾ ਅੰਡਾ ਹੁੰਦਾ ਨਾ ਤੁਸੀਂ ਧਿਆਨ ਨਾਲ ਦੇਖਿਓ ਕਿ ਉਹਦੀ ਜਿਹੜੀ ਕਵਰਿੰਗ ਦੇ ਥੱਲੇ ਇੱਕ ਬਰੀਕ ਜਿਹੀ ਜਿਲਤ ਹੁੰਦੀ ਹੈ ਬਰੀਕ ਜਿਹੀ ਅੰਦਰ ਉਹ ਜਿਲਤ ਨੂੰ ਸੁੱਟਣਾ ਨਹੀਂ ਹੈ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਹੈ ਉਹ ਜਿਲਤ ਨੂੰ ਆਪਾਂ ਚਮਚ ਨਾਲ ਕੱਢ ਲਈਏ ਉਸ ਤੋਂ ਦੀ ਸ਼ੈਲ ਤੋਂ ਉਹਦੇ ਵਿੱਚ ਕੋਲਾਜਨ ਮਿਲਦਾ ਹੈ ਅੰਡੇ ਦੇ ਵਿੱਚ ਕੱਟ ਹੈ ਅੰਡੇ ਦੀ ਸਕਿਨ ਦੇ ਵਿੱਚ ਇਹ ਮਿਲਦਾ ਹੈ ਠੀਕ ਹੈ ਜੀ ਇਹ ਅੰਡੇ ਦੇ ਜਿਹੜਾ ਵਾਈਟ ਪਾਰਟਸ ਵੀ ਮਿਲਦਾ ਅਤੇ ਅੰਡੇ ਦੀ ਜਿਹੜੀ ਸਕਿਨ ਹੁੰਦੀ ਹੈ ਉਹਦੇ 'ਚ ਵੀ ਮਿਲਦਾ ਅਸੀਂ ਅੰਡਾ ਉਬਾਲ ਕੇ ਛਿਲਕੇ ਪਾਸੇ ਕਰ ਦਿੰਦੇ ਹਾਂ ਉਹ ਛਿੱਲਣ ਦੇ ਵਿੱਚ ਕਹਿੰਦੇ ਖੇਡਾਂ ਬਰੀਕ ਜਿਹੀ ਲੇਅਰ ਹੁੰਦੀ ਹੈ ਠੀਕ ਹੈ ਜੀ ਉਹ 'ਚ ਕੋਲਾਜਨ ਕਾਫ਼ੀ ਪਾਇਆ ਜਾਂਦਾ ਇੱਕ ਆਪਾਂ ਹੁਣ ਗੱਲ ਕਰਦੇ ਹਾਂ ਜਿਹੜੀ ਆਪਣੇ ਜਿਹੜੇ ਵੈਜੀਟੇਰੀਅਨ ਬੰਦੇ ਹੈ ਮੇਨ ਮੁੱਦਾ ਆਪਣਾ ਵੈਜੀਟੇਰੀਅਨ ਦਾ ਸੀਗਾ ਨਾ ਇਹ ਵੈਜੀਟੇਰੀਅਨ ਦਾ ਇਹ ਕਿੱਥੋਂ ਸੋਰਸ ਮਿਲਦਾ ਇਹਦੇ ਇਹ ਸੋਰਸ ਜਿਹੜਾ ਨੈਚੁਰਲ ਸੋਰਸ ਹੈਗਾ ਉਹ ਹੈਗਾ ਗਾਰਲਿਕ ਲਸਣ ਲਸਣ ਦੇ ਵਿੱਚ 33 ਤਰੀਕੇ ਦੇ ਸਲਫਰ ਦੇ ਕੰਪਾਊਂਡ ਪਾਏ ਜਾਂਦੇ ਨੇ ਜੋ ਕਿ ਕੋਲਾਜਨ ਨੂੰ ਬਣਾਉਣ ਦੇ ਵਿੱਚ ਇਹ ਹੈਲਪ ਕਰਦੇ ਨੇ ਠੀਕ ਹੈ ਜੀ ਆਪਾਂ ਅਗਰ ਇਹ ਨਹੀਂ ਖਾਣੀਆਂ ਮੱਛੀਆਂ ਦੀਆਂ ਤੇ ਗਾਰਲਿਕ ਨਾ ਛੱਡੋ ਗਾਰਲਿਕਸ ਦੁਆਰਾ ਬੋਲੇ 33 ਤਰੀਕੇ ਦੇ ਸਲਫਰ ਕੰਪਾਊਂਡ ਨੇ ਬੀਨਸ ਬਲੈਕ ਬੀਨਸ ਅਤੇ ਬਲੈਕ ਬੀਨਸ ਦੇ ਵਿੱਚ ਕੀ ਹੁੰਦਾ ਅਮਾਈਨੋ ਐਸਿਡ ਹੁੰਦਾ ਜਿਹੜਾ ਕਿ ਕੋਲਾਜਨ ਬਣਾਉਣ ਦੇ ਵਿੱਚ ਹੈਲਪ ਕਰਦਾ ਅਤੇ ਇਹ ਜਿਹੜੀਆਂ ਦਰਦਾਂ ਦੇ ਵਿੱਚ ਜਿਹੜੀ ਇਹ ਲੂਬਰੀਕੇਸ਼ਨ ਦੇ ਵਿੱਚ ਜਦ ਚੱਲੇਗਾ ਆਪਸ ਦੇ ਵਿੱਚ ਅਤੇ ਇਹ 'ਚ ਆਵਾਜ਼ਾਂ ਨਹੀਂ ਆਉਣਗੀਆਂ ਦਰਦਾਂ ਨਹੀਂ ਹੋਣਗੀਆਂ ਪੇਨ ਕਿਲਰ ਖਾ ਕੇ ਕੋਈ ਹੱਲ ਨਹੀਂ ਹੈ ਪੇਨ ਕਿਲਰ ਖਾ ਕੇ ਤੁਸੀਂ ਆਪਣੀਆਂ ਕਿਡਨੀਆਂ ਕੁੜੀਆਂ ਖਰਾਬ ਕਰ ਲੈਂਦੇ ਹੋ ਡਾਇਟ ਵਾਲੇ ਪਾਸੇ ਧਿਆਨ ਦੇਵੋ ਅਤੇ ਤੁਹਾਨੂੰ ਦਰਦਾਂ ਜਿਹੜੀਆਂ ਹੋਈਆਂ ਨੇ ਇਹ ਤੁਹਾਡੀਆਂ ਗਲਤੀਆਂ ਕਰਕੇ ਹੋਈਆਂ ਨੇ ਤੁਸੀਂ ਪਰਵਾਹ ਨਹੀਂ ਕੀਤੀ ਪਹਿਲੇ ਜਦ ਦਰਦ ਮਾੜੀ ਮੋਟੀ ਸੀਗੀ ਹੁਣ ਜ਼ਿਆਦਾ ਹੋ ਗਈ ਹੈ ਅਤੇ ਡਾਇਟ ਪ੍ਰੋਪਰ ਫੋਲੋ ਕਰੋ ਅਤੇ ਧੀਰੇ ਧੀਰੇ ਆਰਾਮ ਆਉਂਦਾ ਅਤੇ ਤੀਜੀ ਚੀਜ਼ ਹੈਗੀ ਹੈ ਆਪਣੇ ਵੈਜ ਸੋਰਸ ਦੇ ਵਿੱਚ ਬੈਲ ਪੈਪਰ ਮਤਲਬ ਕਿ ਸ਼ਿਮਲਾ ਮਿਰਚ ਜਿਹੜੀ ਹੈਗੀ ਹੈ ਆਪਣੀ ਲਾਲ ਪੀਲੀ ਅਤੇ ਹਰੀ ਹੈ ਨਾ ਇਹਦੇ ਵਿੱਚ ਇਹ
ਕੀ ਮਿਲਦਾ ਹੈ ਇਹਦੇ ਵਿੱਚ ਜੋ ਕੋਲਾਜਨ ਨੂੰ ਬਣਾਉਂਦਾ ਹੈ ਜੋ ਚੀਜ਼ ਮਿਲਦੀ ਹੈ ਉਹ ਹੈ ਵਿਟਾਮਿਨ ਸੀ ਵਿਟਾਮਿਨ ਸੀ ਜਿੱਥੋਂ ਜਿੱਥੋਂ ਮਿਲਦੀ ਹੈ ਸਿਆਣੇ ਹੋ ਤੁਸੀਂ ਉਹਦਾ ਸੇਵਨ ਕਰਨਾ ਸ਼ੁਰੂ ਕਰੋ ਇਹਦੀ ਡੋਜ਼ ਤੁਸੀਂ ਵਧਾ ਸਕਦੇ ਹੋ ਰੋਜ਼ ਦੀ 2 ਗ੍ਰਾਮ ਵੀ ਕਰ ਸਕਦੇ ਹੋ ਠੀਕ ਹੈ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਹੈ ਆਸਟੀਓਆਰਥਾਈਟਿਸ ਦੀ ਜੋੜਾਂ ਦਰਦਾਂ ਦੀ ਜਾਂ ਮਣਕੇ ਦੇ ਜਿਨ੍ਹਾਂ ਦੇ ਗੈਪ ਕੱਟੇ ਹੋਏ ਨੇ ਕਿਸੇ ਦੇ ਵੀ ਗੈਪ ਕੱਟੇ ਹੋਏ ਨੇ ਉਹਨਾਂ ਵਾਸਤੇ ਇਹ ਜਿਹੜੀ ਹੈਗੀ ਹੈ ਵਿਟਾਮਿਨ ਸੀ ਜਿੱਥੇ ਜਿੱਥੇ ਮਿਲਦੀ ਹੈ ਤੁਹਾਨੂੰ ਪਤਾ ਹੈ ਨਿੰਬੂ ਨਿੰਬੂ ਜੋ ਵੀ ਖੱਟੀ ਚੀਜ਼ਾਂ ਹੁੰਦੀਆਂ ਅਤੇ ਬਾਕੀ ਮੇਨ ਚੀਜ਼ ਮੈਂ ਇੱਥੇ ਦੱਸਣ ਲੱਗਿਆ ਨਿੰਬੂ ਤੋਂ ਵੀ ਜ਼ਿਆਦਾ ਜਿੱਥੇ ਮਿਲਦੀ ਹੈ ਨਿੰਬੂ ਤੋਂ ਵੀ ਜ਼ਿਆਦਾ ਜਿੱਥੇ ਮਿਲਦੀ ਹੈ ਵਿਟਾਮਿਨ ਸੀ ਉਹ ਹੈਗੀ ਹੈ ਸ਼ਿਮਲਾ ਮਿਰਚ ਇੱਕ ਸ਼ਿਮਲਾ ਮਿਰਚ ਦਾ ਜਿਹੜਾ ਵੱਡਾ ਵਾਲਾ ਜਿਹੜਾ ਫੁੱਲ ਹੁੰਦਾ ਨਾ ਜਿਹੜੀ ਆਪਣਾ ਵੈਜੀਟੇਬਲ ਹੁੰਦਾ ਹੈ ਉਹਦੇ ਵਿੱਚ 220% ਸਾਡੀ ਜਿਹੜੀ ਦਿਨ ਦੀ ਲੋੜ ਹੈਗੀ ਹੈ ਨਾ ਵਿਟਾਮਿਨ ਸੀ ਦੀ ਉਹ 220% ਮਿਲਦੀ ਹੈ ਦੁੱਗਣੀ ਮਿਲਦੀ ਹੈ ਅਤੇ ਆਪਾਂ ਵਿਟਾਮਿਨ ਸੀ ਡੋਜ਼ ਤੋਂ ਜ਼ਿਆਦਾ ਖਾ ਸਕਦੇ ਹਾਂ ਕਿਉਂਕਿ ਇਹ ਵਾਟਰ ਸੋਲੂਬਲ ਹੈ ਇਹ ਸਾਡੇ ਸਰੀਰ 'ਚ ਟਿਕਦੀ ਨਹੀਂ ਹੈ ਸਾਡੇ ਪਿਸ਼ਾਬ ਥਾਈਂ ਬਾਹਰ ਆ ਜਾਏਗੀ ਠੀਕ ਹੈ ਜੀ ਅਤੇ ਜਿਹੜੀ ਇਹਦੇ ਵਿੱਚ ਜਿਹੜਾ ਸ਼ਿਮਲਾ ਮਿਰਚ ਦੇ ਵਿੱਚ ਜਿਹੜੀ ਕਈ ਹੋਰ ਜਿਹੜਾ ਐਲਕੋਇਡ ਮਿਲਦਾ ਹੈ ਉਹ ਹੈਗਾ ਕੈਪਸੀਆਸਿਨ ਕੈਪਸੀਆਸਿਨ ਜੋ ਕਿ ਸਾਡੀ ਸੋਜਿਸ਼ ਨੂੰ ਘਟਾਉਂਦਾ ਹੈ ਫਾਈਟ ਕਰਦਾ ਹੈ ਅਤੇ ਨੰਬਰ 4 'ਤੇ ਆਉਂਦਾ ਹੈ ਟਮਾਟਰ ਟਮਾਟਰ ਦੇ ਵਿੱਚ ਵੀ ਕਿਉਂ ਕੈਲੋਰੀ ਬਣਦਾ ਹੈ ਕਿਉਂਕਿ ਵਿਟਾਮਿਨ ਸੀ ਹੈ ਇਹਦੇ ਵਿੱਚ ਇੱਕ ਟਮਾਟਰ ਦੇ ਵਿੱਚ 26% ਆਫ ਡੇਲੀ ਜਿਹੜੀ ਸਾਡੀ ਲੋੜ ਹੈਗੀ ਹੈ ਵਿਟਾਮਿਨ ਸੀ ਦੀ ਉਹ ਪੂਰੀ ਹੋ ਜਾਂਦੀ ਹੈ ਅਗਰ ਜਿੰਨੇ ਬੰਦੇ ਨੇ ਵਿਟਾਮਿਨ ਸੀ ਕਿਤੋਂ ਹੋਰ ਨਹੀਂ ਖਾਣੀ ਤਾਂ 4 ਟਮਾਟਰ ਖਾ ਲਏ ਤਾਂ ਪੂਰੇ ਦਿਨ ਦੀ ਵਿਟਾਮਿਨ ਸੀ ਮਿਲ ਜਾਏਗੀ ਠੀਕ ਹੈ ਇੱਕ ਸ਼ਿਮਲਾ ਮਿਰਚ ਖਾ ਲਏ ਪੂਰੀ ਇੱਕ ਦਿਨ ਆਪਣੀ ਚਾਹੇ ਇਹਨੂੰ ਨਾ ਸ਼ਿਮਲਾ ਮਿਰਚ ਜਿਹੜੀ ਜਿਹੜਾ ਖਾਣ ਨੂੰ ਕਹਿ ਰਿਹਾ ਨਾ ਇਹ ਤੁਸੀਂ ਕੀ ਕਰਦੇ ਹੋ ਇਹਨੂੰ ਪਕਾ ਕੇ ਇਹਦਾ ਨਾਸ ਮਾਰ ਦਿੰਦੇ ਹੋ ਇਹਦੇ ਨਿਊਟ੍ਰੀਸ਼ਨ ਖਰਾਬ ਕਰ ਦਿੰਦੇ ਹੋ ਅਤੇ ਜਿਹੜੇ ਬਾਹਰਲੀਆਂ ਇਟਾਲੀਅਨ ਜਿਹੜੇ ਬੰਦੇ ਹੈਗੇ ਨਾ ਇਹਨੂੰ ਸਿਰਫ ਸਟੀਮ ਕਰਕੇ ਖਾਂਦੇ ਆ ਫੋਕਾ ਆਪਣਾ ਲੂਣ ਨਮਕ ਪਾ ਕੇ ਕਾਲੀ ਮਿਰਚ ਪਾ ਕੇ ਖਾਂਦੇ ਆ ਇਹਨੂੰ ਫੋਕੀ ਸ਼ਿਮਲਾ ਮਿਰਚ ਨੂੰ ਆਪਾਂ ਇੱਕ ਸ਼ਿਮਲਾ ਮਿਰਚ ਲੈ ਕੇ ਇਹਨੂੰ ਬਰੀਕ ਬਰੀਕ ਕੱਟ ਕੇ ਸਟੀਮ ਕਰਕੇ ਖਾਣੀ ਹੈ ਤਾਂ ਵਿਟਾਮਿਨ ਸੀ ਮਿਲਣੀ ਹੈ ਅਗਰ ਸਬਜ਼ੀ ਬਣਾ ਕੇ ਤੁਸੀਂ ਸ਼ਿਮਲਾ ਮਿਰਚ ਦੀ ਬਣਾ ਲਈ ਵਿਟਾਮਿਨ ਸੀ ਖਤਮ ਹੋ ਗਈ ਉਹਦੇ ਵਿੱਚੋਂ ਕੁਛ ਨਹੀਂ ਹੈ ਅੱਗ ਲੱਗ ਜਾਂਦੀ ਹੈ ਵਿਟਾਮਿਨ ਸੀ ਖਤਮ ਹੋ ਜਾਂਦੀ ਡਿਸਟਰੋਏ ਹੋ ਜਾਂਦੀ ਹੈ ਵਿਟਾਮਿਨ ਸੀ ਬਹੁਤ ਅਨਸਟੇਬਲ ਹੈ ਅਤੇ ਗੱਲ ਕਰ ਰਿਹਾ ਸੀ ਮੈਂ ਆਪਣੀ ਟਮਾਟਰ ਦੀ ਟਮਾਟਰ ਦੇ ਵਿੱਚ ਮਿਲਦਾ 26% ਠੀਕ ਹੈ ਅਤੇ ਵਿਟਾਮਿਨ ਸੀ ਮਿਲਦੀ ਹੈ ਅਤੇ 4 ਖਾ ਲਓ ਅਤੇ ਤੁਹਾਡਾ ਦਿਨ ਦੀ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ ਤੁਹਾਡਾ ਕੋਲਾਜਨ ਦੀ ਜਿਹੜੀ ਲੋੜ ਹੈਗੀ ਹੈ ਡੇਲੀ ਤੁਹਾਡੀ ਪੂਰੀ ਹੋ ਜਾਂਦੀ ਹੈ ਠੀਕ ਹੈ ਜੀ ਇਹਨੂੰ ਵੀ ਆਪਾਂ ਸਲਾਦ ਵਾਂਗੂ ਖਾਣਾ ਕਿਹੜਾ ਬੰਦਾ ਹੈਗਾ ਪੰਜਾਬੀ ਇੱਥੇ ਬੈਠਾ ਮੇਰੀ ਗੱਲ ਸੁਣ ਰਿਹਾ ਕਿ 4 ਟਮਾਟਰ ਰੋਜ਼ ਖਾਂਦਾ ਹੋਵੇ ਜਿਹਨੂੰ ਜੋੜਾਂ ਦਰਦ ਹੁੰਦਾ ਹੋਵੇ ਸਾਨੂੰ ਕਈ ਵਹਿਮ ਪੈਂਦੇ ਨੇ ਟਮਾਟਰ ਖਾ ਕੇ ਇਹ ਹੋ ਗਿਆ ਟਮਾਟਰ ਖਾ ਕੇ ਪੱਥਰੀਆਂ ਹੋ ਗਈਆਂ ਇਹ ਹੋ ਗਿਆ ਉਹ ਹੋ ਗਿਆ ਪੱਥਰੀਆਂ ਦੇ ਨਾਲ ਆਪਾਂ ਹੱਲ ਕਰ ਲਾਂਗੇ ਜਿਹੜੇ ਗੋਡੇ ਤੁਹਾਡੇ ਜਿਹੜੇ ਖਰਾਬ ਹੁੰਦੇ ਉਹਦਾ ਆਪਾਂ ਕੀ ਕਰਾਂਗੇ ਆਪਾਂ ਵਿਟਾਮਿਨ ਸੀ ਲੈਣੀ ਹੈ ਕਿਸੇ ਤਰੀਕੇ ਨਾਲ ਤੁਹਾਨੂੰ ਆਪਸ਼ਨਸ ਦੇ ਰਿਹਾ ਮੈਂ ਦੇਖੋ ਆਪਣੇ ਹਿਸਾਬ ਦੇ ਨਾਲ ਅਤੇ ਟਮਾਟਰ ਦੇ ਵਿੱਚ ਇੱਕ ਹੋਰ ਚੀਜ਼ ਮਿਲਦੀ ਹੈ ਉਹਨੂੰ ਆਪਾਂ ਲਾਈਕੋਪੀਨ ਜਾਂ ਲਾਈਸੋਪੀਨ ਕਹਿ ਦਿੰਦੇ ਹਾਂ ਇਹ ਜਿਹੜੀ ਹੈਗੀ ਹੈ ਇਹ ਸਾਨੂੰ ਲਾਲੀ 'ਚ ਮਿਲਦੀ ਹੈ ਕੋਈ ਵੀ ਲਾਲ ਚੀਜ਼ ਅਤੇ ਕੋਈ ਲਾਲਚੀ ਵਿੱਚ ਨਹੀਂ ਜਿਸ ਤਰ੍ਹਾਂ ਇਹ ਮਤਲਬ ਕਿ ਆਪਾਂ ਗਾਜਰ 'ਚ ਨਹੀਂ ਮਿਲਦੀ ਬਟ ਇਹ ਜ਼ਿਆਦਾ ਹੈਗੀ ਹੈ ਵਾਟਰਮੈਲਨ ਤਰਬੂਜ ਵਿੱਚ ਵੀ ਮਿਲਦੀ ਹੈ ਅਤੇ ਜਿਹੜੀ ਲਾਈਕੋਪੀਨ ਹੈਗੀ ਹੈ ਇਹ ਵੀ ਐਂਟੀ ਆਕਸੀਡੈਂਟ ਹੈ ਇਹ ਵੀ ਕੋਲਾਜਨ ਨਾਂ 'ਚ ਹੈਲਪ ਕਰਦੀ ਹੈ ਜਿਹੜੀ ਸੈਕਿੰਡ ਲਾਸਟ ਐਟਮ ਹੈਗੀ ਹੈ ਵੈਜ ਦੇ ਵਿੱਚ ਉਹ ਹੈਗੀ ਹੈ ਬੈਰੀਜ਼ ਸਟ੍ਰੋਬੈਰੀ ਰਸਬੈਰੀ ਬਲੂਬੈਰੀ ਵੈਸੇ ਤਾਂ ਮੈਂ ਚੀਜ਼ ਦੱਸ ਦਿੰਦਾ ਜਿਹੜੀ ਟਮਾਟਰ ਹੈ ਨਾ ਟੋਮੈਟੋ ਨੈਟ ਸਰਚ ਮਾਰਿਓ ਇਟਸ ਏ ਬੈਰੀ ਇਟਸ ਏ ਟਰੂ ਬੈਰੀ ਇਹ ਟਰੂ ਅਸਲੀ ਬੈਰੀ ਟਮਾਟਰ ਹੈ ਅਤੇ ਜਿਹੜੀ ਬੈਰੀ ਹੈਗੀ ਨਾ ਸਟ੍ਰੋਬੈਰੀ ਇਹ ਨਕਲੀ ਬੈਰੀ ਹੈ ਤੁਸੀਂ ਸਰਚ ਮਾਰ ਕੇ ਦੇਖ ਸਕਦੇ ਹੋ ਚਲੋ ਇਹ ਟੋਪਿਕ ਆਪਾਂ ਬਾਅਦ ਤੋਂ ਛੇੜਾਂਗੇ ਕਿਸੇ ਦਿਨ ਟਰੂ ਅਸਲੀ ਬੈਰੀ ਕਿਹੜੀ ਹੁੰਦੀ ਹੈ ਅਤੇ ਜਿਹੜੀ ਹੁਣ ਆਪਾਂ ਬੈਰੀਜ਼ ਦੀ ਗੱਲ ਆਪਾਂ ਜੋ ਆਪਾਂ ਸਮਝਦੇ ਹਾਂ ਬਲੂਬੈਰੀ ਜਾਂ ਸਟ੍ਰੋਬੈਰੀ ਉਹਦੇ ਵਿੱਚੋਂ ਦੀ ਸਾਨੂੰ 1 ਕੱਪ ਬੈਰੀ ਦੇ ਵਿੱਚੋਂ ਦੀ ਸਾਨੂੰ 150 ਗੁਣਾ ਮਤਲਬ ਕਿ ਸਾਨੂੰ ਵਿਟਾਮਿਨ ਸੀ ਮਿਲ ਜਾਂਦਾ ਹੈ 1 ਕੱਪ ਦੇ ਵਿੱਚ ਮਤਲਬ ਹੋ ਗਈਆਂ ਤਕਰੀਬਨ 4 ਤੋਂ 5 ਬੈਰੀਜ਼ ਸਟ੍ਰੋਬੈਰੀ ਲਾ ਲਓ ਤੁਸੀਂ ਜਦੋਂ ਐਗਜ਼ਾਮਪਲ 'ਚ ਆ ਗਿਆ ਅਤੇ ਇਹ ਤੁਹਾਡੇ 1 ਕੱਪ ਦੇ ਵਿੱਚ ਅਤੇ ਤੁਹਾਨੂੰ 150 ਗੁਣਾ ਤੁਹਾਨੂੰ ਵਿਟਾਮਿਨ ਸੀ ਮਿਲ ਜਾਂਦਾ ਹੈ ਇਹ ਤੁਹਾਡਾ ਕੋਲਾਜਨ ਬਣਾਉਣ 'ਚ ਹੈਲਪ ਕਰੇਗਾ ਲਾਸਟ ਹੈਗਾ ਹੈ ਗ੍ਰੇਪ ਫਰੂਟ ਮੈਨੂੰ ਲੱਗਦਾ ਹੈ ਕਿਤੇ ਆਮ ਨਹੀਂ ਮਿਲਦਾ ਮਤਲਬ ਐਗਜ਼ੋਟਿਕ ਫਰੂਟ ਹੈਗਾ ਹੈ ਤੁਹਾਨੂੰ ਲੱਭਣਾ ਪਏਗਾ ਸੰਤਰੇ ਵਾਂਗੂ ਹੁੰਦਾ ਮਸੰਮੀ ਵਾਂਗੂ ਹੁੰਦਾ ਲਾਲ ਹੁੰਦਾ ਅੰਦਰੋਂ ਦੀ ਅਤੇ ਇਹ ਵੀ ਬਹੁਤ ਅੱਛਾ ਸੋਰਸ ਆਫ ਵਿਟਾਮਿਨ ਸੀ ਹੈ ਅਤੇ ਭਾਰ ਵੀ ਘਟਾਉਂਦਾ ਹੈ ਅਤੇ ਇਹਦਾ ਹਾਫ
ਗ੍ਰੇਪਫਰੂਟ ਦਾ ਹਾਫ ਜਿਹੜਾ ਪੀਸ ਹੈਗਾ ਉਹ ਸਾਡਾ ਤਕਰੀਬਨ ਰੋਜ਼ ਦੀ 70% ਆਫ ਵਿਟਾਮਿਨ ਸੀ ਪੂਰੀ ਕਰਦਾ ਹੈ, 70% ਆਫ ਵਿਟਾਮਿਨ ਸੀ ਪੂਰੀ ਕਰਦਾ ਹੈ ਅਤੇ ਤਕਰੀਬਨ ਇਹਦੇ ਵਿੱਚ 44 ਮਿਲੀਗ੍ਰਾਮ ਵਿਟਾਮਿਨ ਸੀ ਹੁੰਦੀ ਹੈ। ਅਤੇ ਇਸ ਕਰਕੇ ਇਹ ਤੁਹਾਡੇ ਮੈਂ ਦੱਸਿਆ ਤੁਹਾਨੂੰ ਮੈਂ ਕਿ ਵੈਜ ਸੋਰਸ, ਤੁਹਾਨੂੰ ਮੈਂ ਨੋਨ ਵੈਜ ਸੋਰਸ ਵੀ ਦੱਸਦੇ। ਹੁਣ ਇਹਦਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਿਹਨਾਂ ਨੂੰ ਟੈਂਡਨਾਈਟਿਸ ਹੈਗਾ, ਜਿਹਨਾਂ ਨੂੰ ਟੈਂਡਨ ਦੀ ਕੋਈ ਪ੍ਰੋਬਲਮ ਹੈਗੀ ਹੈ, ਜਿਹਨਾਂ ਨੂੰ ਜੋੜਾਂ ਦੀ ਕੋਈ ਪ੍ਰੋਬਲਮ ਹੈਗੀ ਹੈ, ਇਹ ਕੋਲਾਜੋਨ ਦਾ ਕਹਿਲਾ ਦਿੰਦਾ ਜਿਹੜਾ ਤੁਹਾਨੂੰ ਮੈਂ ਸਮਝਾਇਆ ਕਿ ਇਹ ਡਾਇਟ ਇਹ ਤਾਂ ਚੀਜ਼ ਹੋ ਗਈ। ਇਹਦੇ ਸਪਲੀਮੈਂਟ ਵੀ ਮਿਲ ਜਾਂਦੇ ਹੈ ਮਾਰਕੀਟ ਦੇ ਵਿੱਚ, ਉਹ ਤੁਸੀਂ ਲੱਭੋ ਅੱਛੀ ਕੰਪਨੀ ਦੇ ਅੱਛੀ ਬ੍ਰਾਂਡ ਦੇ ਲਵੋ। ਇਹ ਜ਼ਰੂਰ ਪੜ੍ਹ ਲੈਣਾ ਕਿ ਜਿਹੜਾ ਜਿਹਨਾਂ ਨੂੰ ਟੈਂਡਨਾਈਟਿਸ ਹੈਗੀ ਹੈ, ਟੈਂਡਨਸ ਦੀ ਪ੍ਰੋਬਲਮ ਹੈਗੀ ਹੈ, ਟੈਂਡਨਸ ਦੀ ਪ੍ਰੋਬਲਮ ਹੈਗੀ ਹੈ, ਟੈਂਡਨਸ ਮਸਲ ਦੇ ਕੋਣੇ ਨੂੰ ਕਹਿੰਦੇ ਆ, ਆਹ ਮਸਲ ਹੈ ਉਹਦਾ ਐਂਡ ਟੈਂਡਨ ਹੁੰਦਾ ਜਿਹੜਾ ਹੱਡੀ ਨੂੰ ਚਿਪਕਦਾ, ਜੇ ਉਹਦੀ ਪ੍ਰੋਬਲਮ ਹੈਗੀ ਹੈ ਅਤੇ ਉਹ ਕੋਲਾਜਨ 1 ਖਾਣ, ਕੋਲਾਜਨ 1, ਅਤੇ ਜਿਹਨਾਂ ਨੂੰ ਜੋੜਾਂ ਦੀ ਪ੍ਰੋਬਲਮ ਹੈਗੀ ਹੈ, ਮੇਨ ਜੋੜ ਆਪਣੀਆਂ ਪਿੱਠ ਆਪਣੀਆਂ ਪਿੱਠ ਹੋ ਗਈ, ਆਪਣਾ ਗੋਡਾ ਹੋ ਗਿਆ, ਗੋਡੇ ਦੀ ਆਸਟੀਓਆਰਥਰਾਈਟਿਸ ਹੈਗੀ ਹੈ, ਉਹਨਾਂ ਵਾਸਤੇ ਕੋਲਾਜਨ 2 ਬਹੁਤ ਅੱਛੀ ਪਾਈ ਗਈ ਹੈ। ਹੁਣ ਮੈਂ ਕੋਲਾਜਨ 2 ਦੇ ਮਰੀਜ਼ ਜ਼ਿਆਦਾ ਨਹੀਂ, ਮੈਂ ਉਹਨਾਂ ਦੀ ਗੱਲ ਕਰਦਾ। ਕੋਲਾਜਨ 2 ਜਿਹੜੀ ਹੈਗੀ ਹੈ ਸਪਲੀਮੈਂਟ ਮਾਰਕੀਟ ਵਿੱਚ ਤੁਹਾਨੂੰ ਮਿਲ ਜਾਏਗਾ, ਤੁਸੀਂ ਕਿਤੇ ਵੀ ਔਨਲਾਈਨ ਸਰਚ ਮਾਰ ਕੇ ਲੈ ਸਕਦੇ ਹੋ, ਅੱਛੀ ਥਾਂ ਤੋਂ ਲੈ ਲਓ। ਇਹਦੀ ਡੋਜ਼ ਕਿੰਨੀ ਹੁੰਦੀ ਹੈ, ਜਿੰਨੇ ਆਪਣੇ ਜੋੜਾਂ ਵਾਸਤੇ ਖਾਣੀ ਹੈ, ਜੋੜਾਂ 'ਚ ਦਰਦਾਂ ਵਾਸਤੇ ਖਾਣੀ ਹੈ, ਉਹ ਹੈਗੀ ਹੈ 8 ਗ੍ਰਾਮ ਰੋਜ਼ ਦੀ, ਠੀਕ ਹੈ, ਪਾਊਡਰ ਫਾਰਮ 'ਚ ਮਿਲਦੀ ਹੈ, 8 ਗ੍ਰਾਮ ਰੋਜ਼ ਦੀ ਖਾਣੀ ਹੈ। ਜਿਹਨਾਂ ਨੇ ਇਹ ਸਕਿਨ ਸ਼ਾਈਨ ਵਾਸਤੇ ਖਾਣੀ ਹੈ, ਉਹਨਾਂ ਵਾਸਤੇ 4 ਗ੍ਰਾਮ ਰੋਜ਼ ਦੀ ਖਾਣੀ ਹੈ। ਅਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਬਹੁਤ ਡਿਮਾਂਡ ਸੀ ਕਿ ਜਿਹੜੇ ਹੱਡੀਆਂ ਦੁਖਦੀਆਂ, ਜੋੜ ਦੁਖਦੇ ਆ, ਗੋਡੇ ਦੁਖਦੇ ਆ, ਤਾਂ ਵੀਡੀਓ ਬਣਾਓ ਅਤੇ ਉਹਦਾ ਹੱਲ ਵੀ ਦੱਸਿਓ ਅਤੇ ਉਹਦੀ ਡਾਇਟ ਵੀ ਦੱਸਿਓ। ਅਤੇ ਮੈਂ ਹੱਲ ਦੱਸਿਆ, ਇੱਕੋ ਚੀਜ਼ ਟਪੀ ਮੈਂ ਟੌਪਿਕ ਪਕੜਿਆ ਅੱਜ, ਅਤੇ ਉਹ ਹੈ ਕੋਲਾਜਨ। ਕੋਲਾਜਨ ਕਿੱਥੋਂ ਮਿਲਦਾ ਤੁਹਾਨੂੰ ਮੈਂ ਸਮਝਾਤਾ, ਨਹੀਂ ਸਮਝ ਆਈ ਮੈਂ ਵੀਡੀਓ ਦੁਬਾਰਾ ਦੇਖ ਲੈਣਾ। ਅਤੇ ਇਹਦਾ ਮਤਲਬ ਵੀ ਗਲੂ ਹੈ ਚਿਪਕਾਉਣਾ, ਠੀਕ ਹੈ, ਇਹ ਹੱਡੀਆਂ ਨੂੰ ਹੱਡੀ 'ਚ ਰਗੜ ਨਹੀਂ ਪਾਉਣ ਦਿੰਦਾ, ਇਹ ਹੱਡੀ ਨੂੰ ਹੱਡੀ 'ਚ ਰਗੜ ਨਹੀਂ ਪਾਉਣ ਦਿੰਦਾ, ਇਹ ਮਨਿਸਕਸ ਨੂੰ ਰਿਪੇਅਰ ਕਰਦਾ। ਮਨਿਸਕਸ ਨੂੰ ਰਿਪੇਅਰ ਕਰਨ ਵਾਲੀ ਓਨਲੀ ਐਂਡ ਓਨਲੀ ਜਿਹੜੀ ਆਈਟਮ ਹੈਗੀ ਹੈ ਉਹ ਹੈਗੀ ਹੈ ਕੋਲਾਜਨ। ਹਾਂ, ਉਹ ਗੱਲ ਵੱਖਰੀ ਹੈ ਕਿ ਉਹਦੇ ਨਾਲ ਮੈਗਨੀਸ਼ੀਅਮ, ਕੈਲਸ਼ੀਅਮ ਇਹ ਚੀਜ਼ਾਂ ਹੈਲਪ ਕਰਦੀਆਂ ਨੇ, ਗਲੂਕੋਸਾਮੀਨ ਵੀ ਆ ਗਈ ਹੈ ਮਾਰਕੀਟ ਦੇ ਵਿੱਚ, ਬਟ ਮੈਂ ਕੋਲਾਜਨ ਨੂੰ ਨੰਬਰ 1 ਦੇਵਾਂਗਾ। ਚੰਡੀਗੜ੍ਹ ਤੋਂ ਡਾਕਟਰ ਸੰਤੋਖ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ।